सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज ऐप दैनिक सवेरा टाइम्स। बरनाला दे रजवाहे च इक नौजवान दी लाश बरामद कीती गई है। पिंड चीमा दे किसान जदों खेतां चों काम करके घरां नूं परत रहे सन ते उहनां नूं रजवाहे च इक लाश नजर आई, जिस तों बाद उहनां ने तुरंत पुलिस नूं वी सूचित कीता। घटना जी मेरा खेत इत्थे नेड़े ही आ, मैं पिंड नूं जांदा सीगा ते जदों इत्थे असीं आए ते इत्थे डेड बॉडी नालां दे विच फसी पई सी ते जदों जी पड़ताल करी असीं प्रशासन नूं कहा, प्रशासन साडी प्रशासन दी हाजरी दे विच इह डेड बॉडी कढ़ी आ ते ਉਹ ਹੁਣ ਪ੍ਰਸ਼ਾਸਨ ਉਹਨੂੰ ਲਿਜਾ ਰਿਹਾ ਗਾ ਅਤੇ ਵੀ ਉਹ ਕਿਹਦਾ ਬੱਚਾ ਕਿਹਦਾ, ਸਾਡੀ ਜ਼ਿੰਮੇਵਾਰੀ ਬਣਦੀ ਸੀ ਦੇਖਣ ਦੀ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇਹ ਬੱਚਾ ਇਹ ਕੱਢ ਕੇ ਪ੍ਰਸ਼ਾਸਨ ਨੂੰ ਭੇਜ ਰਹੇ ਹਾਂ। ਇਹ ਜੀ ਐਂ ਲੱਗਦਾ ਵੀ ਸਾਨੂੰ ਵੀ ਕੋਈ ਬੱਚਾ ਨਹਾਉਂਦਾ ਡੁੱਬਿਆ ਵਿਆ, ਇਹਦੀ ਮੰਨ ਲਾ ਵੀ 25-26 ਸਾਲ ਦੀ ਉਮਰ ਲੱਗਦੀ ਹੈ ਤਕਰੀਬਨ, ਅਤੇ ਇਸ ਹਿਸਾਬ ਨਾਲ ਅਸੀਂ ਇਹਨੂੰ ਕੱਢ ਕੇ ਭੇਜ ਰਹੇ ਹਾਂ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ। ਪ੍ਰਸ਼ਾਸਨ ਸਾਡੇ ਕੋਲ ਆ ਗਿਆ ਸੀਗਾ ਤੇ ਸਾਰਾ ਉਹਦੀ ਹਾਜ਼ਰੀ ਅਸੀਂ ਭੇਜ ਰਹੇ ਹਾਂ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਹੈ। ਇਸ ਮੌਕੇ ਥਾਣਾ ਸਦਰ ਦੇ SHO ਬਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਦਾ ਹੋਰ ਨਹਿਰ ਦੇ ਵਿੱਚੋਂ ਇੱਕ ਕੱਸੀ ਆਉਂਦੀ ਹੈ ਜਿਹੜੀ ਇਸ ਵੇਲੇ ਪਿੰਡ ਚੀਮੇ ਦੇ ਵਿੱਚ ਕੱਸੀ ਦੇ ਵਿੱਚੋਂ ਇੱਕ ਕਿਸਾਨ ਨੇ ਫੋਨ ਕੀਤਾ ਕਿ ਕੱਸੀ ਦੇ ਵਿੱਚ ਇੱਕ ਡੈੱਡ ਬੋਡੀ ਫਸੀ ਹੋਈ ਹੈ। ਉਹ ਕਿਸਾਨ ਦੀ ਇਤਲਾਹ 'ਤੇ ਅਸੀਂ ਇੱਥੇ ਆਏ ਹਾਂ। ਇਤਲਾਹ 'ਤੇ ਇੱਥੇ ਆ ਕੇ ਦੇਖਿਆ ਤਾਂ ਕਿ ਇਹ ਨੌਜਵਾਨ ਮੁੰਡਾ ਹੈਗਾ ਜਿਹੜਾ 20-25 ਸਾਲ ਤੋਂ ਉਮਰ ਦਾ ਹੈਗਾ, ਜਿਹਦੇ ਵਿੱਚ ਅਸੀਂ ਉਹਦੀ ਡੈੱਡ ਬੋਡੀ ਨੂੰ ਖੜਾ ਕੇ ਉਹਦਾ ਮੁਲਾਜ਼ਾ ਕੀਤਾ। ਕੋਈ ਇਸ ਤਰ੍ਹਾਂ ਦਾ ਹਾਲਾਤ ਨਹੀਂ ਲੱਗਦੇ ਕਿ ਉਹਨੂੰ ਕਿਸੇ ਨੇ ਮਾਰ ਕੇ ਸੁੱਟਿਆ ਹੋਵੇ, ਪਰ ਫਿਰ ਵੀ ਇਹਦੇ ਡੈੱਡ ਬੋਡੀ ਨੂੰ ਅਸੀਂ ਸਿਵਲ ਹਸਪਤਾਲ ਬਰਨਾਲਾ ਰਖਾ ਕੇ ਇਹਦਾ ਪੋਸਟਾਂ ਨੂੰ ਕਰਾਵਾਂਗੇ ਅਤੇ ਅਗਲੀ ਕਾਰਵਾਈ ਆਉਣ 'ਚ ਲਿਆਵਾਂਗੇ। ਸਵੇਰਾ ਟਾਈਮਸ ਲਈ ਬਰਨਾਲਾ ਤੋਂ ਹਿਮਾਂਸ਼ੂ ਦੁਆ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गा तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान। फ्री 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 मियां रफीक मोहम्मद मोबाइल 84374 94647 84374 94648।